ਪ੍ਰੈਜ਼ੈਂਟ। ਮੈਂ ਆਪਣੇ ਪਿਤਾ ਜੀ ਸਰਦਾਰ ਗੁਰਦੇਵ ਸਿੰਘ ਵੱਲੋਂ, ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜ ਰਹੇ ਹਨ, ਉਹਨਾਂ ਵੱਲੋਂ ਦਲਰਾਜ ਜੀ ਦਾ, ਅਸ਼ਵਨੀ ਜੀ ਦਾ, ਰਾਮ ਸਿੰਘ ਜੀ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਇੰਨੇ ਦਿਨਾਂ ਤੋਂ ਮੇਰੇ ਪਿਤਾ ਜੀ ਲਈ, ਕਾਂਗਰਸ ਪਾਰਟੀ ਲਈ ਮਿਹਨਤ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ। ਜੈ ਹਿੰਦ। ਅੱਜ ਜੋ ਇਲੈਕਸ਼ਨ ਦਾ ਇਹ ਮੌਕਾ ਆਇਆ, ਜਿਵੇਂ ਲੋਕਾਂ ਨੇ ਪਿੱਛੇ 1.5 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਭਾਰੀ ਬਹੁਮਤ ਜਿਤਾਇਆ ਸੀਗਾ, ਔਰ ਉਸ ਤੋਂ ਬਾਅਦ ਜੋ ਪਲੈਨਿੰਗਾਂ ਡਿਵੈਲਪਮੈਂਟ ਦੀਆਂ ਹੋਈਆਂ, ਅੱਜ ਉਸ ਨੂੰ ਪੂਰਾ ਕਰਨ ਦਾ ਮੌਕਾ ਸਰਕਾਰ ਨੂੰ ਆਇਆ, ਕਿਉਂਕਿ ਇਹ ਜਿਹੜੀ ਪੰਚਾਇਤ ਬਲਾਕ ਸਮਿਤੀ ਦੀ, ਪੰਚਾਇਤਾਂ ਦੀ, ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਚੋਣ, ਇਹ ਚੋਣ ਤੋਂ ਬਾਅਦ ਹੀ ਇਹ ਪ੍ਰੋਸੈਸ ਪੂਰਾ ਹੁੰਦਾ ਜਿਸ ਦੇ ਨਾਲ ਡਿਵੈਲਪਮੈਂਟ ਹੋ ਸਕੇ, ਕਿਉਂਕਿ MLA ਸਾਹਿਬਾਨ ਨੇ ਜਿਹੜੇ ਜਾਂ MP ਸਾਹਿਬਾਨ ਨੇ ਜਿਹੜੇ ਡਿਵੈਲਪਮੈਂਟ ਦੇ ਕੰਮ ਕਰਾਉਣੇ ਆ, ਉਹ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਥਰੂ ਹੋਣੇ ਆ, ਔਰ ਜ਼ਿਲ੍ਹਾ ਪ੍ਰੀਸ਼ਦ ਦੇ ਸਾਡੇ ਬਹੁਤ ਹੀ ਸੂਝਵਾਨ, ਬੜੇ ਹੀ ਨਰਮ ਸੁਭਾਅ ਦੇ ਸਰ ਬਲਦੇਵ ਸਿੰਘ ਦਾਸ ਜੀ ਖੜ੍ਹੇ ਆ, ਔਰ ਨਾਲ ਬਲਾਕ ਸਮਿਤੀਆਂ ਦੇ ਮੈਂਬਰ ਵੀ ਖੜ੍ਹੇ ਆ ਜਿਹੜੇ, ਉਹਨਾਂ ਸਾਰਿਆਂ ਨੂੰ ਹੀ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਜਿਤਾਈਏ, ਤਾਂ ਕਿ ਜੋ ਆਪਣੇ ਇਲਾਕੇ ਡਿਵੈਲਪਮੈਂਟ ਆ ਉਹ ਬੜੀ ਖੁੱਲ੍ਹੇ ਮੰਨਦਾ ਆ, ਕਿਉਂਕਿ ਆਉਣ ਵਾਲਾ ਟਾਈਮ ਜਿਹੜਾ ਹਜੇ 3.5 ਸਾਲ ਜਿਹੜੇ ਸਰਕਾਰ ਦੇ ਪਏ ਆ ਕਾਂਗਰਸ ਦੇ, ਉਹਦੇ ਵਿੱਚ ਵੱਧ ਚੜ੍ਹ ਕੇ ਜੋ ਡਿਵੈਲਪਮੈਂਟ ਹੋਣੀ ਆ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਇਹਨਾਂ ਦੇ ਥਰੂ ਹੀ ਹੋਣੀ ਹੈ, ਇਸ ਕਰਕੇ ਸਰ ਬਲਦੇਵ ਸਿੰਘ ਦਾਸ ਜੀ ਨੂੰ ਆਪਾਂ ਵੱਧ ਚੜ੍ਹ ਕੇ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਈਏ। ਅੱਜ ਇਸ ਗੱਲ ਦਾ ਵੀ ਧੰਨਵਾਦ ਕਰਦਾ ਕਿ ਸਰਦਾਰ ਰਾਮ ਸਿੰਘ ਖੇਪੜ ਜੀ ਜਿਹੜੇ ਸਾਡੇ ਗੁੱਜਰ ਸਮਾਜ ਦੇ ਚੇਅਰਮੈਨ ਆ, ਉਹਨਾਂ ਨੇ ਸਮਰਥਨ ਦਿੱਤਾ ਬੜਾ ਭਾਰੀ, ਔਰ ਗੁੱਜਰ ਸਮਾਜ ਨੇ ਵੱਧ ਚੜ੍ਹ ਕੇ ਹਮੇਸ਼ਾ ਅੱਗੇ ਵੀ ਕਾਂਗਰਸ ਨਾਲ ਰਿਹਾ, ਅਤੇ ਹੁਣ ਵੀ, ਕਿਉਂਕਿ ਬਿੱਟੂ ਜੀ ਦੇ ਨਾਲ ਇਹਨਾਂ ਦੇ ਸਾਡੇ MP ਸਾਹਿਬ ਨਾਲ ਬੜੇ ਅੱਛੇ ਸੰਬੰਧ ਆ, ਅਤੇ ਇਹਨਾਂ ਨੇ ਜੋ ਸਮਰਥਨ ਦਿੱਤਾ ਉਹਦਾ ਵੀ ਧੰਨਵਾਦ ਕਰਦਾ। ਉੱਥੇ ਸਾਡੇ ਦਿਲਰਾਜ ਸਿੰਘ ਜੀ ਜੋ ਕੌਂਸਲਰ ਆ ਇੱਥੋਂ ਇਸ ਨਾਲ ਦੇ ਇਲਾਕੇ ਤੋਂ, ਬੇਦੀ ਸਾਹਿਬ, ਸਾਰੇ ਸਾਥੀ ਜਿੰਨੇ ਖੜ੍ਹੇ ਆ, ਸਾਰਿਆਂ ਵੱਲੋਂ ਵੱਧ ਚੜ੍ਹ ਕੇ ਜੋ ਇਹ ਮੁਹਿੰਮ ਦੇ ਵਿੱਚ ਹਿੱਸਾ ਪਾਇਆ ਜਾ ਰਿਹਾ, ਸਾਰਾ ਧੰਨਵਾਦ ਵੀ ਕਰਦਾ, ਅਪੀਲ ਕਰਦਾ ਕਿ ਕਾਂਗਰਸ ਨੂੰ ਵੱਧ ਚੜ੍ਹ ਕੇ ਆਪਾਂ ਜਿਤਾਈਏ। ਜੈ ਹਿੰਦ। ਮੈਂ ਜਤਿੰਦਰਪਾਲ ਸਿੰਘ ਬੇਦੀ, ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਪਾਰ ਸਰ। ਅੱਜ ਸਾਡੀ ਬਿੱਟੂ ਜੀ ਨੇ ਸਾਡੀ ਡਿਊਟੀ ਲਗਾਈ ਹੈ, ਇੱਥੇ ਜੋਨ ਇੰਚਾਰਜ ਮੇਰੇ ਨਾਲ ਅਸ਼ਵਨੀ ਜੀ, ਸਾਡੇ ਕੌਂਸਲਰ ਸਾਹਿਬ ਦਿਲਰਾਜ ਜੀ, ਕੌਂਸਲਰ ਸਾਹਿਬ, ਸਾਡੀ ਟੀਮ ਦੀ ਡਿਊਟੀ ਲੱਗੀ ਹੈ, ਮੈਂ ਆਪਣੇ ਵਪਾਰ ਸਰ ਦੀ ਟੀਮ, ਅਸੀਂ ਸਾਰੀ ਟੀਮ ਪਹਿਲਾਂ ਲੱਗੀ ਜਾ ਰਹੀ, ਸਾਡੇ ਡਿਸਟ੍ਰਿਕਟ ਚੇਅਰਮੈਨ ਲੱਗੇ ਆ, ਸਾਡੀ ਪੂਰੀ ਟੀਮ ਆਈ ਹੈ, ਅਸੀਂ ਗੁਰਦੇਵ ਸਿੰਘ ਦਾਸ ਜੀ ਦੇ ਜਿੰਨੇ ਵੀ ਸਾਰੇ ਆ, ਸਾਡੇ ਅੰਦਰ ਵੋਟ ਪੈ ਰਹੀ ਹੈ, ਜਿੰਨੇ ਵੀ ਵੋਟਸ ਪੈ ਰਹੇ ਆ ਸਾਰਿਆਂ ਕੋਲ ਜਾ ਰਹੇ ਆ, ਜਿਹੜੇ ਕੋਈ ਹਿੱਸੇ ਉਹਨਾਂ ਨੂੰ ਮਨਾ ਵੀ ਰਹੇ ਹਾਂ, ਅਤੇ ਅਸੀਂ ਸਾਰਿਆਂ ਨੂੰ ਇੱਕੋ ਅਪੀਲ ਕਰ ਰਹੇ ਹਾਂ, ਕਾਂਗਰਸ ਪਾਰਟੀ ਵਾਸਤੇ ਅਸੀਂ ਵੋਟਾਂ ਪਾਈਏ। ਮੈਂ ਰਾਮ ਸਿੰਘ, ਟੈਕਸ ਸੈਕਟਰੀ BPCC, ਬੇਨਤੀ ਕਰਦਾ ਗੁਰੂ ਸਮਾਜ ਸਾਰੇ ਜਿੱਥੇ ਜਿੰਨੇ ਮੇਰੇ ਵੀਰ ਇਲਾਕੇ 'ਚ ਬੈਠੇ ਹਨ, ਸਾਡੇ ਵੀਰ ਬਲਦੇਵ ਸਿੰਘ ਦਾਸ ਜੀ ਇਲੈਕਸ਼ਨ ਲੜ ਰਹੇ, ਬਹੁਤ ਹੀ ਅੱਛੇ ਸੂਝਵਾਨ ਲੀਡਰ ਹੈ ਸਾਡੇ, ਇਹਨਾਂ ਦੀ ਸਪੋਰਟ ਕਰਨੀ ਆ ਸਾਨੂੰ, ਸਾਰੇ ਸਮਾਜ ਨੂੰ ਬੇਨਤੀ ਹੈ ਮੇਰੀ, ਅਤੇ ਇੱਕ ਇੱਕ ਸੱਜਣ ਇਲੈਕਸ਼ਨਾਂ ਦੇ ਵਿੱਚ ਸਪੋਰਟ ਕਰਨ, ਆਪਣੀ ਵੋਟ ਵੀ ਪਾਉਣੀ, ਅਤੇ ਹੋਰ ਵੀ ਜਿਹੜੇ ਆਂਢ ਗੁਆਂਢ ਜਿਹੜੇ ਆਪਣੇ ਸੱਜਣ ਹੈ ਉਹਨਾਂ ਦੀ ਵੋਟ ਵੀ ਪਾਉਣ, ਤਾਂ ਕਿ ਸਾਨੂੰ ਇਸ ਸੱਜਣ ਤੋਂ ਸਾਨੂੰ ਬਹੁਤ ਉਮੀਦਾਂ ਵੀ ਹਨ, ਅਤੇ ਕਾਂਗਰਸ ਪਾਰਟੀ ਸਾਡੀ ਹਮੇਸ਼ਾ ਸਪੋਰਟ ਵੀ ਕਰਦੇ, ਬਿੱਟੂ ਸਾਡੀ ਹਮੇਸ਼ਾ ਗੁਜਰ ਭਵਨ ਕਾਫੀ ਸਪੋਰਟ ਕਰ ਰਿਹਾ, ਇਸ ਕਰਕੇ ਬੇਨਤੀ ਹੈ, ਸਾਡਾ ਫਰਜ਼ ਬਣਦਾ ਕਿ ਅਗਰ ਉਹਨਾਂ ਨੇ ਸਾਡੇ ਲਈ ਇੰਨੀ ਸਪੋਰਟ ਕਰਿਆ, ਸਾਡਾ ਵੀ ਫਰਜ਼ ਬਣਦਾ ਪਾਰਟੀ ਲਈ ਅਸੀਂ ਕੁਛ ਕਰੀਏ। ਅੱਜ ਸਮਾਂ ਸਾਨੂੰ ਇਸ ਜੋ ਸਾਨੂੰ ਪਿਆਰ ਮਿਲਿਆ ਬਿੱਟੂ ਵੱਲੋਂ, ਪਾਰਟੀ ਵੱਲੋਂ, ਅੱਜ ਅਸੀਂ ਇੱਕ ਵੋਟ ਦੇ ਨਾਲ, ਸਪੋਰਟ ਦੇ ਨਾਲ, ਉਸ ਜਿਹੜੇ ਪਿਆਰ ਦਾ ਜਵਾਬ ਅਸੀਂ ਪਿਆਰ ਵਿੱਚ ਦਈਏ, ਔਰ ਮਿਹਨਤ ਕਰੀਏ। ਦੋ ਦਿਨ ਦੀ ਗੱਲ ਹੈ, ਡਟ ਕੇ ਸਾਰੇ ਵੀਰਾਂ ਨੂੰ ਬੇਨਤੀ ਹੈ, ਗੁਰਜਰ ਸਮਾਜ ਦੇ ਵੀਰਾਂ ਨੂੰ, ਕਿ ਇੱਕ ਇੱਕ ਵੋਟ ਪਾਉਣ,
ਆਪਣੇ ਪਰਿਵਾਰ ਦੀ ਕੋਈ ਵੋਟ ਰਹੇ ਨਾ, ਅਤੇ ਹੋਰ ਜਿੰਨੇ ਸੱਜਣ ਵੀਰ ਸਾਡੇ ਸੰਬੰਧ ਨਾਲ ਸੰਪਰਕ ਵਿੱਚ ਹੈ ਉਹਨਾਂ ਦੀ ਵੀ ਵੋਟਾਂ ਪਾਉਣੀਆਂ। ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈ, ਸਾਰੇ ਗੁਰਜਰ ਸਮਾਜ ਨੂੰ, ਸਾਰੇ ਲੁਧਿਆਣਾ ਗੁਰਜਰ ਸਮਾਜ ਨੂੰ ਬੇਨਤੀ, ਜਿਹੜੇ ਵੀ ਪੰਚਾਇਤਾਂ ਜਿੱਥੇ ਜਿੱਥੇ ਪੈਂਦੀਆਂ ਉਹ ਜਿੱਥੇ ਵੀ ਪੰਚਾਇਤਾਂ 'ਚ ਜਿਹੜੀ ਵੋਟ ਪੈਂਦੀ ਹੈ ਉਹ ਮੇਰੀ ਬੇਨਤੀ ਹੈ ਕਿ ਕਾਂਗਰਸ ਨੂੰ ਇਕੱਲੇ ਇਕੱਲੇ ਕੈਂਡੀਡੇਟ ਨੂੰ ਜਿਤਾਉਣ ਔਰ ਮਿਹਨਤ ਕਰਨ। ਧੰਨਵਾਦ। ਬਲੋਕ ਸੰਮਤੀ ਜ਼ਿਲ੍ਹਾ ਪਰਿਸ਼ਦ ਜੋਨ ਤਾਂਦਰਾ ਵੱਲੋਂ ਮੇਰੇ ਵੱਲੋਂ ਸਾਰੇ ਵੋਟਰਾਂ ਨੂੰ ਅਪੀਲ ਹੈ। ਭਾਰਤ ਭੂਸ਼ਣ ਆਸ਼ੂ ਜੀ ਕੈਬਨਿਟ ਮਿਨਿਸਟਰ ਜੋ ਕਿ ਫੂਡ ਔਰ ਸਪਲਾਈ ਸਿਵਲ ਸਪਲਾਈ ਮਿਨਿਸਟਰ ਨੇ, ਉਹਨਾਂ ਵੱਲੋਂ ਵੀ ਕਿ ਕਾਂਗਰਸ ਦੇ ਹੱਥ ਮਜ਼ਬੂਤ ਕਰੋ, 19 ਸਤੰਬਰ ਨੂੰ ਮਨੀਸ਼ ਪ੍ਰਭਾਕਰ ਰਾਜੂ ਅਯਾਲੀ ਨੂੰ ਬਲਾਕ ਸਮਿਤੀ ਲਈ ਔਰ ਬਲਦੇਵ ਸਿੰਘ ਦਾਤ ਜੀ ਨੂੰ ਜ਼ਿਲ੍ਹਾ ਪਰਿਸ਼ਦ ਲਈ ਵੋਟ ਪਾ ਕੇ ਕਾਮਯਾਬ ਕਰੋ।